USA 계 아이템도 여러 가지 하고 하루 우리 에르베트 아가스트 베토노 에프메르게 2019 전후 그린 카드 मिल गया ਤੇ ਆਪਣੇ ਦੋਸਤ ਨਾਲ ਟਰਾਲੇ ਤੇ ਜਾ ਰਿਹਾ ਸੀ ਰਸਤੇ ਚ ਸਿੱਧੇ ਪੈ ਨੂੰ ਜਦੋਂ ਸਾਈਲੈਂਟ ਟਾਰ ਅਟੈਕ ਆਇਆ ਤੋ ਖਤਮ ਹੋ ਗਿਆ ਮੈਂ ਹੁਣ ਦਾ ਕੇਂਦਰ ਸਰਕਾਰ ਤੋਂ ਮਾਫੀ ਮੰਗ ਕਰਦਾ ਹਾਂ ਕਿ ਮੈਂ ਮੇਰੇ ਬੇਟੇ ਦੀ ਜਿਹੜੀ ਡੈਡ ਬੋਡੀ ਹੈ ਉਹ ਇੰਡੀਆ ਦੇ ਅਮਰੀਕਾ ਤੋਂ ਆਈ ਮੰਦਭਾਗੀ ਖਬਰ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਕਾਰਨ ਹੋਈ ਮੌਤ ग्रीन कार्ड मिलन तो बाद पिंड आन दा सी प्रोग्राम पर रब नु सी शायद कुछ होर ही मंजूर बटाला पुलिस अधीन पेंदे हलका श्री हरगोबिंदपुर दे नजदीकी पिंड माड़ी टांडा दे रहण वाले नौजवान दी अमरीका दे विच मौत हो गई। थोड़े समय पहला ही नौजवान नु ग्रीन कार्ड मिलिया सी ਅਤੇ ਨੌਜਵਾਨ ਦੀ ਅਮਰੀਕਾ ਦੇ ਵਿੱਚ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਵਿੱਚ ਗਮਗੀਨ ਮਾਹੌਲ ਬਣਿਆ ਹੋਇਆ। ਪਰਿਵਾਰ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰ ਰਿਹਾ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇ ਤਾਂ ਕਿ ਉਹ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਰੀਤੀ ਰਿਵਾਜਾਂ ਨਾਲ ਕਰ ਸਕਣ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਮੇਰਾ ਬੇਟਾ ਸੁਖਜਿੰਦਰ ਸਿੰਘ 2017 ਵਿੱਚ ਯੂ ਐਸ ਏ ਗਿਆ ਅਤੇ 2018 ਚੋਂ ਫਰਵਰੀ ਵਿੱਚ ਅਗਸਤ ਵਿੱਚ ਉਹਨੂੰ ਪੇਪਰ ਮਿਲ ਗਏ। 2019 ਚ ਉਹਨੂੰ ਗ੍ਰੀਨ ਕਾਰਡ ਮਿਲ ਗਿਆ ਬਟ ਘਰ ਨਹੀਂ ਆ ਸਕਿਆ ਅਤੇ ਆਪਣੇ ਦੋਸਤ ਨਾਲ ਟਰਾਲੇ 'ਤੇ ਜਾ ਰਿਹਾ ਸੀ। ਰਸਤੇ 'ਚ ਸਿੱਧੇ ਪੈ ਨੂੰ ਕਹਿੰਦੇ ਸਾਈਲੈਂਟ ਅਟੈਕ ਆਇਆ ਤੋ ਖਤਮ ਹੋ ਗਿਆ। ਮੈਂ ਹੁਣ ਕੇਂਦਰ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੈਂ ਮੇਰੇ ਬੇਟੇ ਦੀ ਜਿਹੜੀ ਡੈਡ ਬੋਡੀ ਹੈ ਉਹ ਇੰਡੀਆ ਦੇ ਮੈਂ ਸਾਰੇ ਦਾ ਧੰਨਵਾਦ ਹਾਂ। ਮੇਰੀ ਭਗਵੰਤ ਮਾਨ ਸਾਹਿਬ ਲੱਗੇ ਮੈਂ ਬੇਨਤੀ ਕਰਦਾ ਹਾਂ ਕਿ ਮੇਰੀ ਮਦਦ ਕੀਤੀ ਜਾਵੇ ਡੈਡ ਬੋਡੀ ਦਾ ਅਤੇ ਮਾਸ ਕਰਦਾ ਭਗਵੰਤ ਮਾਨ ਸਾਹਿਬ ਮੇਰੀ ਪੂਰੀ ਮਦਦ ਕਰਦਾ ਅਤੇ ਹੋਰ ਵੀ ਜਿਹੜੇ ਲੀਡਰ ਆ ਉਹ ਵੀ ਮੇਰੀ ਮਦਦ ਕਰਦਾ। ਏਵਨ ਮੀਡੀਆ ਲਈ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ। ਯੂ ਐਸ ਏ ਗਿਆ ਅਤੇ 2018 ਚੋਂ ਫਰਵਰੀ ਵਿੱਚ ਅਗਸਤ ਵਿੱਚ ਉਹਨੂੰ ਪੇਪਰ ਮਿਲ ਗਏ। 2019 ਚ ਉਹਨੂੰ ਗ੍ਰੀਨ ਕਾਰਡ ਮਿਲ ਗਿਆ ਤੇ ਆਪਣੇ ਦੋਸਤ ਨਾਲ ਟਰਾਲੇ 'ਤੇ ਜਾ ਰਿਹਾ ਸੀ। ਰਸਤੇ 'ਚ ਸਿੱਧੇ ਪੈ ਨੂੰ ਕਹਿੰਦੇ ਸਾਈਲੈਂਟ ਅਟੈਕ ਆਇਆ ਤੋ ਖਤਮ ਹੋ ਗਿਆ। ਮੈਂ ਹੁਣ ਕੇਂਦਰ ਸਰਕਾਰ ਤੋਂ ਮਾਫੀ ਮੰਗ ਕਰਦਾ ਹਾਂ ਕਿ ਮੈਂ ਮੇਰੇ ਬੇਟੇ ਦੀ ਜਿਹੜੀ ਡੈਡ ਬੋਡੀ ਹੈ ਉਹ ਇੰਡੀਆ ਦੇ अमरीका तो आई मंदभागी खबर पंजाबी नौजवान दी हार्ट अटैक कारण हुई मौत। ग्रीन कार्ड मिलन तो बाद पिंड आन दा सी प्रोग्राम पर रब नु सी शायद कुछ होर ही मंजूर। बटाला पुलिस अधीन पेंदे हलका श्री हरगोबिंदपुर दे नजदीकी पिंड माड़ी टांडा दे रहण वाले नौजवान दी अमरीका दे विच मौत हो गई। थोड़े समय पहला ही नौजवान नु ग्रीन कार्ड मिलिया सी अते नौजवान दी अमरीका दे विच हार्ट अटैक आउण नाल मौत हो गई। परिवारिक मैंबरां अते पिंड वासियां दे विच गमगीन माहौल बनिया होया। परिवार केंद्र अते पंजाब सरकार नु अपील कर रहा है कि उहनां दे पुत दी मृतक दे जल्द तों जल्द भारत लियांदी जावे तां कि ओह अपने पुत दा अंतिम संस्कार रीति रिवाजां नाल कर सकण। इस संबंध विच जानकारी दिंदिआं ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਮੇਰਾ ਬੇਟਾ ਸੁਖਜਿੰਦਰ ਸਿੰਘ 2017 ਵਿੱਚ ਯੂ ਐਸ ਏ ਗਿਆ ਅਤੇ 2018 ਚੋਂ ਫਰਵਰੀ ਵਿੱਚ ਅਗਸਤ ਵਿੱਚ ਉਹਨੂੰ ਪੇਪਰ ਮਿਲ ਗਏ। 2019 ਚ ਉਹਨੂੰ ਗ੍ਰੀਨ ਕਾਰਡ ਮਿਲ ਗਿਆ ਬਟ ਘਰ ਨਹੀਂ ਆ ਸਕਿਆ ਅਤੇ ਆਪਣੇ ਦੋਸਤ ਨਾਲ ਟਰਾਲੇ 'ਤੇ ਜਾ ਰਿਹਾ ਸੀ। ਰਸਤੇ 'ਚ ਸਿੱਧੇ ਪੈ ਨੂੰ ਕਹਿੰਦੇ ਸਾਈਲੈਂਟ ਅਟੈਕ ਆਇਆ ਤੋ ਖਤਮ ਹੋ ਗਿਆ। ਮੈਂ ਹੁਣ ਕੇਂਦਰ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੈਂ ਮੇਰੇ ਬੇਟੇ ਦੀ ਜਿਹੜੀ ਡੈਡ ਬੋਡੀ ਹੈ ਉਹ ਇੰਡੀਆ ਦੇ ਮੈਂ ਸਾਰੇ ਦਾ ਧੰਨਵਾਦ ਹਾਂ। ਮੇਰੀ ਭਗਵੰਤ ਮਾਨ ਸਾਹਿਬ ਲੱਗੇ ਮੈਂ ਬੇਨਤੀ ਕਰਦਾ ਹਾਂ ਕਿ ਮੇਰੀ ਮਦਦ ਕੀਤੀ ਜਾਵੇ ਡੈਡ ਬੋਡੀ ਦਾ ਅਤੇ ਮਾਸ ਕਰਦਾ ਹਾਂ ਭਗਵੰਤ ਮਾਨ ਸਾਹਿਬ ਮੇਰੀ ਪੂਰੀ ਮਦਦ ਕਰਦਾ ਅਤੇ ਹੋਰ ਵੀ ਜਿਹੜੇ ਲੀਡਰ ਆ ਉਹ ਵੀ ਮੇਰੀ ਮਦਦ ਕਰਦਾ। ਏਵਨ ਮੀਡੀਆ ਲਈ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ।